ਦੋ ਬੱਚਿਆਂ ਨਾਲ ਸਕੂਲ 'ਚ ਹੋਈ ਗਲਤ ਹਰਕਤ। ਸਫਾਈ ਕਰਮਚਾਰੀ ਨੇ ਕੀਤੀ ਘਟੀਆ ਕਰਤੂਤ। ਗੁੱਸੇ 'ਚ ਲੋਕਾਂ ਨੇ ਸੜਕਾਂ ਸਮੇਤ ਸਟੇਸ਼ਨ ਕੀਤਾ ਜਾਮ। ਜੀ ਹਾਂ, ਇੱਕ ਨਾਮਵਰ ਸਕੂਲ ਦੇ ਸਫਾਈ ਕਰਮਚਾਰੀ ਦੁਆਰਾ ਨਰਸਰੀ ਦੀਆਂ ਦੋ ਵਿਦਿਆਰਥਣਾਂ ਜੋ 4-4 ਸਾਲ ਦੀਆਂ ਦੱਸੀਆਂ ਜਾ ਰਹੀਆਂ ਨੇ, ਉਹਨਾਂ ਦੇ ਨਾਲ ਗਲਤ ਹਰਕਤ ਕੀਤੀ ਹੈ, ਜਿਸ ਦੇ ਕਾਰਨ ਬਦਲਾਪੁਰ ਰੇਲਵੇ ਸਟੇਸ਼ਨ ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ, ਜਿੱਥੇ ਸਥਾਨਕ ਰੇਲ ਗੱਡੀਆਂ ਨੂੰ ਰੋਕ ਦਿੱਤਾ ਗਿਆ ਤੇ ਅੰਦੋਲਨਕਾਰੀਆਂ ਨੇ ਟਰੈਕ ਨੂੰ ਜਾਮ ਕਰ ਦਿੱਤਾ ਗਿਆ। ਕਿਉਂਕਿ ਹੁਣ ਤੱਕ ਕੋਲਕਾਤਾ ਦਾ ਮਾਮਲਾ ਠੰਡਾ ਨਹੀਂ ਹੋਇਆ ਸੀ ਤੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਮਹਾਰਾਸ਼ਟਰ ਤੋਂ, ਜਿੱਥੇ ਕਿ ਮਹਾਰਾਸ਼ਟਰ ਦੇ ਵਿੱਚ ਇੱਕ ਨਿੱਜੀ ਸਕੂਲ ਦੇ ਵਿੱਚ ਦੋ ਬੱਚੀਆਂ ਪੜ੍ਹਦੀਆਂ ਸੀ, ਇੱਕ ਸਫਾਈ ਕਰਮਚਾਰੀ ਵੱਲੋਂ ਉਹਨਾਂ ਦੇ ਨਾਲ ਗਲਤ ਹਰਕਤ ਕੀਤੀ ਗਈ ਹੈ। ਉਸ ਤੋਂ ਬਾਅਦ ਲੋਕਾਂ ਦੇ ਵਿੱਚ ਗੁੱਸਾ ਬਹੁਤ ਜ਼ਿਆਦਾ ਵੱਧ ਗਿਆ ਹੈ, ਜਿਸ ਕਾਰਨ ਪੂਰੀਆਂ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਨੇ ਤੇ ਰੇਲਵੇ ਟਰੈਕ ਵੀ ਜਾਮ ਕਰ ਦਿੱਤੇ ਗਏ ਨੇ। ਗੁੱਸੇ ਦੇ ਵਿੱਚ ਆ ਕੇ ਲੋਕਾਂ ਨੇ ਸਕੂਲ ਦੀ ਵੀ ਭੰਨ ਤੋੜ ਕੀਤੀ ਹੈ। ਦੇਖੋ ਮੌਕੇ ਦੀਆਂ ਤਸਵੀਰਾਂ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।